जयकारा चेल वाली दा ठीक बड़ लबड़ बरखा बो जी जय श्री राम। क्या मचेल भैया मचेल जा रहे हैं पैदल जा रहे हैं जी। कहाँ से आए हैं आप? पड्डू बलोर। पता ये था इतना से एक अंकल और मिले तो ऐसा इन्हें आके हमारे भुख लग दी तो बोल दे मारे को गल कोई जय माता दी। जय माता दी। तू तोड़े साढ़े बुढ़े बुलाए बुदिया परेशानी में पानी नहीं है सब बाकी सब ओके है तो पानी उन्दे हले यार अपनी बोतल भर ले ਤੇਨਾ ਮਿਲਣਾ ਹਜ ਮੇਰੀ ਸਰਾ ਮੈਂ ਕੋਟੀਏ ਘਰੇ ਨਾਲ ਲਾਣਾ ਭਰਾ ਦੇ ਨਾ ਪਿਆਰ ਸੁਕੀ ਚੌਧਰੀ ਤਾਂ ਹੋਰ ਵੀ ਆ ਕੋਈ ਕੰਨੇ ਕੱਲਾ ਕਿਲਾ ਹੀ ਹੈ ਜਲਦੀ ਜੈ ਕਰੋ ਚੰਡੀ ਮਈ ਵਾਲਾ ਬੋਲ ਸਾਚੇ ਦਰਬਾਰ ਕੀ ਜੈ। ਜੈ ਮਾਤਾ ਦੀ ਬੇਜੀ। ਜੈ ਮਾਤਾ ਦੀ। ਠੀਕ ਹੋ ਜੀ? ਬੜੀਆ ਜੀ। ਕਿਸ ਰੁਕਦੇ ਹੈ ਬਈਆ ਗੰਨੇ ਆਪਣੇ ਬਈਆਂ ਚੰਡੀ ਮਕਵਾਲ ਦਾ। ਜੈ ਮਾਤਾ ਦੀ। ਤੇ ਅੰਕਲ ਹੁਣ ਸਾਂਬੇ ਦਾ ਆਵੇ ਅਸੀਂ ਤਰ੍ਹਾਂ ਤੇ ਰੁਕਦੇ ਹੈ ਤੇ ਆਪਣੇ ਅਮਰ ਇੱਕ ਹੋਟਲ ਹੈ ਇੱਥੇ ਅਮਰ ਹੋਟਲ ਤੇ ਆਪਣੇ ਅਮਰ ਹੋਟਲ ਤੇ ਇੱਥੇ ਬਹਿ ਜਾਣ ਆਪਣੇ ਜਿੰਨੇ ਵੀ ਕੋਈ ਇੱਥੇ ਕੋਈ ਜੰਮੂ ਦਾ ਬੰਦਾ ਇੱਥੇ ਆਵੇ ਤਾਂ ਇੱਥੇ ਜ਼ਰੂਰ ਆਓ। ਇੱਥੇ ਰੋਟੀ ਵੀ ਹੈ ਤਾਂ ਬਾਕੀ ਰੁਕਣਾ ਸਹੀ ਵੀ ਹੈ। ਜਿਹੜੀ ਵੱਡੀ ਮਸੀ ਉਹਦੇ ਪਿੱਛੇ ਆਈ ਹੈ ਹੋਟਲ ਜਿਹੜਾ ਦੇਖ ਲਓ ਖਲਾ ਉਸ ਮਾਰਕੀਟ ਪੂਰੀ ਮਾਰਕੀਟ ਇਹ ਪੂਰੀ ਅਮਰ ਮਾਰਕੀਟ ਹੈ ਸਾਹਮਣੇ ਇੱਥੇ ਉੱਪਰ ਰੋਡ ਹੈ। ਤਾਂ ਬਾਈ ਸਵੇਰਾ ਸਵੇਰਾ ਪਵਾਦੀ ਬਰਖਾ ਅਸੀਂ ਨਿਕਲਣਾ ਥੋੜ੍ਹਾ ਲੇਟ ਹੋਈ ਹੈ ਸਵਾ ਨੌ ਟਾਈਮ ਵਜੀ ਹੈ ਇਸ ਵੇਲੇ ਅਸੀਂ ਨਿਕਲਣਾ ਥੋੜ੍ਹਾ ਲੇਟ ਹੋਈ ਹੈ ਟਾਈਮ ਸਵਾ ਨੌ ਹੋ ਗਏ ਦੋਸਤੋ ਕਿਉਂਕਿ ਬੜਾ ਬੜਾ ਬਰਖਾ ਪਵਾਦੀ। ਜੈ ਸ਼੍ਰੀ ਰਾਮ। ਕਿਆ ਜਾ ਰਹੇ ਹੋ? ਮਚੇਲ ਬਿਆ ਮਚੇਲ ਜਾ ਰਹੇ ਪੈਦਲ ਜਾ ਰਹੇ ਹੈ ਜੀ। ਕਹਾਂ ਸੇ ਆਏ ਹੋ? ਪੱਡੂ ਬਲੋਰ। ਹਾਂ ਪੱਡੂ ਬਲੋਰ ਪੱਡੂ ਬਲੋਰ ਹਾਂ ਬਲੋਰ ਬਲੋਰ ਤਾਂ ਆਇਆ ਸੀ ਕਿਸ਼ਤਵਾੜ ਸਾ ਰੱਖਿਆ ਪਿੱਛੇ ਪਿੱਛੇ ਡੀਸੀ ਆ ਵੀ ਸੀ ਹਾਂ ਤਾਂ ਚਲੇ ਵੀ ਆ ਗਏ ਤਾਂ ਪਹਿਲਾਂ ਮੈਂ ਕੀ ਪਤਾ ਨਾ ਸੀ ਚੱਲਣਾ ਕੋ ਕਿੰਨਾ ਕਿੰਨਾ ਤੱਕ ਜਾਣਾ ਮੈਂ ਹੁਣ ਮੈਂ ਕਿਤਾ ਡਿਸਾਈਡ ਕੀ ਇੱਕ ਇਲਾਕਾ ਪੈਂਦਾ ਗਲਾਰ ਗਲਾਰ ਇਲਾਕਾ ਪੈਂਦਾ ਇੱਕ ਅੱਗੇ ਇੱਥੋਂ ਕੋਈ 30 ਕਿਲੋਮੀਟਰ ਆ ਗਿਆ ਉਹ ਹਾਲਾਂ ਤੁਸੀਂ ਦੇਖੋ ਕਿਸ਼ਤਵਾੜ ਦਾ ਵਿਊ ਕਿੰਨਾ ਸੋਹਣਾ ਵਿਊ ਹੈ ਇੱਧਰ ਦਾ ਬਰਖਾ ਪੈ ਗਈ ਨੇ ਠੰਡ ਹੋ ਗਈ ਨੇ ਤਾਂ ਭਰਾ ਬੜੀ ਗਰਮੀ ਸੀ ਕੱਲ੍ਹ ਪਰਸੋਂ ਪਿਛਲਾ ਇੰਨੀ ਗਰਮੀ ਪਈ ਜਾਣੀ ਕਿ ਪੁੱਛਵਾ ਤੂੰ ਉਸ ਭਰਾ ਉੱਧਰ ਖਲਾਣੇ ਕੋਲ ਆ ਗਏ ਤਾਂ ਇਹਨਾਂ ਦਾ ਕਿਸ਼ਤਵਾੜ ਦਾ ਗਰਮੀ ਠੀਕ ਰਹੀ ਪਈ ਸੀ ਤਾਂ ਹੁਣ ਕੀ ਹੈ ਕਿ ਅੱਜ ਥੋੜ੍ਹਾ ਮੌਸਮ ਸਾਫ਼ ਹੋ ਗਿਆ ਬੜਾ ਲਵਲ ਬਰਖਾ ਵਗੈਰਾ ਬਹੁਤ ਸੀ ਥੋੜ੍ਹਾ ਠੰਡਾ ਮੌਸਮ ਹੋਈ ਆ। ਗੱਡੀਆਂ ਤੁਸੀਂ ਪਤਾ ਇਸ ਵੇਲੇ ਯਾਤਰਾ ਦਾ ਟਾਈਮ ਹੈ ਅਤੇ ਗੱਡੀਆਂ ਕੀ ਪਿੱਛੋਂ ਆਵਾਦੀਆਂ ਕੀ ਆ ਕਿੰਨੀਆਂ ਆਗੂ ਆਉਣਾ ਤਾਂ ਉਹਨੇ ਗੱਡੀਆਂ ਦਾ ਸਹਾਰਾ ਹੱਥ ਹੈ ਕਿ ਅਸਾਂ ਉਹਦੇ ਮੈਂ ਕਹਿੰਦਾ ਅੱਗੇ ਪੁੱਜ ਜਾਣਾ ਬਾਕੀ ਵਾਲਾ ਸਵੇਰਾ ਸਿਰਫ ਮੈਂ ਕੀ ਕੀਤਾ ਲੈ ਕੇ ਚਾਹ ਪੀਤੀ ਹੈ ਕਹਿੰਦਾ ਖਾਦਾ ਫੈਨ ਬਾਕੀ ਸੋਚਦਾ ਕਿ ਇਸ ਵੇਲੇ ਚੱਲਣੇ ਆ ਗਏ ਉਹਦਾ ਬ੍ਰੇਕਫਾਸਟ ਕਰ ਲੈਗੇ। ਵਾਓ ਸੋ ਸਮ ਵਾਈ ਸਾਸ ਕੈਂਕਰ ਲੱਭੀ ਹੈ ਬੋਲਦੇ ਕਿ ਤੁਸੀਂ ਪੁੱਜੇ ਬਲੋਚ ਦਾ ਤੁਸੀਂ ਦੇਖਣ ਲੱਗੇ ਹੈਂਕਲੀ। ਜੈ ਮਾਤਾ ਦੀ। ਜੈ ਮਾਤਾ ਦੀ। ਅੰਕਲੀ ਲੰਗਰ ਕੋ ਮਿਲਣਾ ਮੇਰੇ ਰਸਤੇ ਵਿੱਚ ਰਸਤੇ ਵਿੱਚ ਫਿਰ ਸ਼ਾਇਦ ਉਹਦਾ ਗਲਾਰ ਸ਼ਲਾਰ ਮੈਂ ਲਗਾਇਆ ਹੋਗਾ ਉੱਥੇ ਕਿੰਨਾ ਟਾਈਮ ਹੋਗਾ ਮੈਂ ਜੀ ਪੁੱਜ ਜਾਇ ਤੋ ਬੇਤਲ ਹਾਂ ਸ਼ਾਮ ਤੱਕ ਪਹੁੰਚ ਜਾਓ ਸੁਜਾ ਮੈਂ ਜਾਣਾ ਹਾਂ। ਆਹੋ ਹੋਰ ਬਾਕੀ ਨਵਿਤਾ ਜੀ? ਬਸ ਠੀਕ। ਜੈ ਮਾਤਾ ਕੀ? ਜੈ ਮਾਤਾ ਕੀ। ਆਪਸੇ ਮਿਲ ਕੇ ਬਹੁਤ ਖੁਸ਼ੀ ਹੋਈ। ਸ਼ੁਕਰੀਆ ਅੰਕਲੀ। ਜੈ ਮਾਤਾ ਜੀ। ਜੈ ਮਾਤਾ ਜੀ ਸਰ। ਜੈ ਮਾਤਾ ਜੀ। ਆਈਏ ਵਾਪਸ। ਆਈਏ ਆਈਏ। ਕਿੰਨਾ ਰਸ਼ ਹੈ ਉੱਪਰ ਮਹਾਰਾਜ? ਰਾਹ ਜ਼ਿਆਦਾ ਨਹੀਂ ਹੈ ਖਾਸ ਕੋਈ। ਲੰਗਰ ਕੋ ਲੰਗਰ ਲੱਗਦਾ? ਹਾਂਜੀ ਲੰਗਰ ਲੱਗਦਾ ਰਸਤਾ ਰਸਤਾ ਹੀ ਬੋਦਾ ਲੰਗਰ। ਲੰਗਰ ਸਾਰ ਲੱਗੇ ਕੋਹ ਲੱਗਦੇ? ਗੁਲਾਬਗੜ ਗਿਆ ਵੀ ਲਾਸਟ ਵਿੱਚ। ਉਹ ਗੁਲਾਬਗੜ ਦੂਰ ਹੈ ਲੈ। ਹਾਂ ਇਹ ਅਗਲਾ ਸੈਂਟਰ ਵਿੱਚ ਹੈ ਕੋਈ? ਨਹੀਂ ਇੱਧਰ ਨਹੀਂ ਲੱਗਦਾ। ਗੁਲਾਰ 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 ਲੱਗਦਾ ਸੰਦੀ ਨਹੀਂ ਲੱਗਦਾ? ਨਾ ਨਾ ਕੋਈ ਗੱਲ ਨਹੀਂ। ਜੈ ਮਾਤਾ ਦੀ। ਜੈ ਮਾਤਾ ਦੀ। ਠੀਕ ਹੈ ਜੈ ਮਾਤਾ ਦੀ। ਜੈ ਮਾਤਾ ਦੀ। ਹਾਂਜੀ ਹੋਈ ਬੈਠਾਂ। ਹਾਂ ਠੀਕ ਹੋ? ਠੀਕ ਹੈ ਸਰ। ਇਹ ਦੇਖੋ ਯਾਰ ਕਿੰਨੇ ਕਿੰਨੇ ਪਿਆਰੇ ਏਰੀਏ ਸਾਈਡ। ਇਹ ਇੱਥੋਂ ਦੂਲ ਰਹੀ ਹੈ ਕਿੰਨਾ ਅੰਕਲ ਵੀ? ਇਹਦੋਂ ਕਿੰਨਾ ਦੂਲ ਇੱਥੋਂ ਆ? ਹਾਂ ਕਿੱਧਰ ਮਚੇਲ? ਦੂਲ 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 ਥੋੜਾ ਹੀ ਦੂਰ ਹੈ, ਕੋਈ ਜ਼ਿਆਦਾ ਦੂਰ ਨਹੀਂ ਹੈ। ਲੱਗ ਗਈ? ਹਾਂ ਲੱਗ ਗਈ ਹੈ। ਪਾਸ ਹੀ ਮੈਂ ਪੁੱਤਰ ਦਾ 3 ਕਿਲੋਮੀਟਰ ਹੋਣਾ। 3 ਕਿਲੋਮੀਟਰ? ਹਾਂ 3 ਕਿਲੋਮੀਟਰ ਹੈ, ਜ਼ਿਆਦਾ ਨਹੀਂ ਹੈ। 3 ਕਿਲੋਮੀਟਰ ਤਾਂ ਤੁਸੀਂ ਲੋਕਲ ਹੀ ਹੋ? ਹਾਂਜੀ ਹਾਂਜੀ ਹਮ ਇੱਧਰ ਕਿਸ਼ਤਵਾੜ ਕੇ ਲੋਕਲ ਹੈ। ਹਾਂ ਉੱਪਰ ਜਾ ਦਿਓ ਕੁਦੇ। ਹਾਂ ਹਮ ਜਾ ਰਹੇ ਇੱਧਰ ਪ੍ਰੋਜੈਕਟ ਮੇਂ। ਪ੍ਰੋਜੈਕਟ ਕਿਸ ਕਾ ਪ੍ਰੋਜੈਕਟ? ਇਹ ਪਟੇਲ ਕਾ। ਪਟੇਲ ਮਤਲਬ ਬਣ ਕੇ ਆ ਰਹਾ ਹੈ? ਨਹੀਂ ਪਾਵਰ ਪ੍ਰੋਜੈਕਟ ਹੈ। ਪਾਵਰ ਪ੍ਰੋਜੈਕਟ? ਹਾਂਜੀ। ਇੱਕ ਨੀਤੀ ਬਣ ਰਹਾ ਦਰਬਸ਼ਾਲਾ ਮੈਂ। ਹਾਂ ਇੱਕ ਦਰਬਸ਼ਾਲਾ ਹੈ ਤੋ ਇੱਕ ਕਿਰੂ ਮੇ ਹੈ। ਕਿਰੂ ਮੇ ਵੀ? ਹਾਂ ਕਿਰੂ ਮੇ ਵੀ ਹੈ। ਇੱਕ ਗੂਲ ਹੈ ਇੱਕ ਡੈਰ ਦਾ। ਠੀਕ ਸ਼ੁਕਰੀਆ ਜੀ। ਜੈ ਮਾਤਾ ਦੀ। ਜੈ ਮਾਤਾ ਦੀ। ਜੈ ਮਾਤਾ ਦੀ। ਤੋ ਬਾਈ ਅਸ ਆਏ ਨੇ ਦੁੱਲ ਤੁਸੀਂ ਪਤਾ ਹੀ ਹੈ ਤਾਂ ਇੱਥੇ ਅਸੀਂ ਇੱਕ ਅੰਕਲ ਹੋਰ ਮਿਲੇ ਅਤੇ ਅਸਾਂ ਇਹਨੇ ਆਖਿਆ ਮਾਰਿਆ ਭੁੱਖ ਲੱਗਦੀ ਅਤੇ ਬੋਲਦੇ ਮਾਰਿਆ ਕੋਈ ਗੱਲ ਕੋਈ। ਜੈ ਮਾਤਾ ਦੀ। ਜੈ ਮਾਤਾ ਜੀ। ਤਾਂ ਤੁਹਾਡਾ ਕਿੰਨਾ ਮਹਾਰਾਜ? ਕਿਸ਼ੋਰੀ ਲਾਲ ਜੀ। ਕਿਸ਼ੋਰੀ ਲਾਲ ਤਾਂ ਇਹ ਦੁਕਾਨ ਦਾ ਕਿੰਨਾ ਤੁਹਾਡੀ ਦਾ? ਇਹ ਦੁਕਾਨ ਕਿਰਿਆਣਾ ਦੀ ਹੈ। ਅੱਛਾ। ਹਾਂ ਕਿਰਿਆਣਾ ਜੀ। ਅਤੇ ਬਾਕੀ ਸਹੀ ਠੀਕ ਹੈ? ਬਿਲਕੁਲ ਬੜੀਆ ਬੜੀਆ। ਤਾਂ ਉਹ ਕਿਹਦੀ ਬਣਾਈ ਦਾ ਚੜਨੀ? ਉਹ ਟਮਾਟਰ ਆਪਣੇ ਦੇਸੀ ਟਮਾਟਰ ਦੀ ਟਮਾਟਰ ਚੜਨੀ। ਹਾਂ ਸ਼ੁਕਰੀਆ ਤੁਹਾਡਾ। ਜੈ ਮਾਤਾ ਦੀ। ਜੈ ਮਾਤਾ ਦੀ। ਚੱਲਦੇ ਹਾਂ ਮਹਾਰਾਜ ਆ ਕੇ। ਜੈ ਮਾਤਾ ਦੀ। ਜੈ ਮਾਤਾ ਦੀ। ਉਹ ਹਾਏ ਮਹਾਰਾਜ।
ਨਗਰੋਟਾ ਕਿਹੜਾ? ਗੁਜਰੂ ਆਪਣਾ ਆਪਣਾ ਨਗਰੋਟਾ ਜਾਦੇ ਹੋ ਆਦੇ ਤੁਸੀਂ ਜਾ ਵਾਪਸ ਆਦੇ ਘਰੇ ਨਹੀਂ ਵਾਪਸੀ ਕਿਸ ਵੇ ਲੱਗੇ ਪਰੇਡ ਅਸੀਂ ਕੱਲ ਗਏ ਉੱਚੇ ਪਹਾੜ ਮਕਾਨ ਤੇ ਦੇਖ ਲਓ ਅਸੀਂ ਘੁੰਮਣ ਜਾਣਾ ਲੈ ਪੂਰੀਆਂ ਪਹਾੜੀਆਂ ਕਰਨੀਆਂ ਕਵਰ ਵੀ ਪੁੱਜਣਾ ਅਸੀਂ ਉੱਥੇ ਉੱਪਰ ਪਿੱਛੇ ਗੁਲਾਬਗੜ੍ਹ ਮਹਾਰਾਜ ਜੈ ਮਾਤਾ ਦੀ ਕੀ ਭਰ ਰਿਹਾ ਉਹ ਬਾਈ ਪਾਣੀ ਮੇਰੇ ਮੁੱਕੀ ਦਾ ਹੱਥ ਪਿੱਛੇ ਗੱਡੀ ਆਈ ਹੈ ਤੋ ਰੋਕੀ ਮੇਰੇ ਤੇ ਮੈਂ ਉਹਨੂੰ ਕੋਲ ਬੋਲਦੇ ਕੋਈ ਪਰੇਸ਼ਾਨੀ ਮੈਂ ਪਾਣੀ ਨਹੀਂ ਹੈ ਸਭ ਅੱਗੇ ਸਭ ਓਕੇ ਹੈ ਅਤੇ ਪਾਣੀ ਹੁੰਦੇ ਹਲੇ ਅਸੀਂ ਆਪਣੀਆਂ ਬੋਤਲਾਂ ਪਾ ਲਈਆਂ ਮੇਰੇ ਕੁੱਤੇ ਕੁਛ ਭੁੱਕਦੇ ਯਾਰ ਕੁਛ ਭੁੱਕਦੇ ਜਦੋਂ ਮੈਂ ਵੈਸ਼ਨੋ ਮਾਤਾ ਪੈਦਲ ਗਿਆ ਤਾਂ ਮੇਰੇ ਮਗਰ ਕੁੱਤੇ ਲੱਗਦੇ ਮੈਟਰ ਨਹੀਂ ਮਤਲਬ ਕੁੱਤਾ ਕੁਦਾ ਵੀ ਹੁੰਦਾ ਹਾਂ ਬਾਹਰ ਆ ਜਾਂਦਾ ਹਾਂ ਪਰ ਇਸ ਵਾਰੀ ਕੀ ਹੋ ਜਾਂਦਾ ਇਸ ਵਾਰੀ ਉਲਟਾ ਹੋ ਜਾਂਦਾ ਕੁੱਤਾ ਅਗਰ ਲੱਗੇ ਵੀ ਹੋਵੇ ਨਹੀਂ ਤੂੰ ਵੀ ਚੁੱਪਚਾਪ ਦੂਰ ਹੋ ਜਾਂਦਾ ਚੁੱਪਚਾਪ ਵੀ ਆਏ ਕੁੱਤੇ ਗਏ ਮੇਰੇ ਲਾਗੜ ਪੀਏ ਕੁਸੇ ਭੁੱਕਦੇ ਆ ਨੇ ਮਰ ਚੁੱਪਚਾਪ ਚੱਲੀਏ ਗੱਡੀ ਬੰਦੇ ਆਈਏ ਸੁੰਦਰਬਨੀ ਵਾਲੀ ਸਾਈਡ ਦੀ ਕੱਲੇ ਚਲੋ ਚਲਦੇ ਹਾਂ ਠੀਕ ਹੈ ਕੰਨੇ ਕੋਈ ਨਹੀਂ ਕੰਨੇ ਕੋਈ ਨਹੀਂ ਫੋਟੋ ਲੈ ਲੈਣਾ ਯਾਰ ਕੰਨੇ ਬੜਾ ਵਿਸ਼ਾਲ ਹੈ ਜੈ ਮਾਤਾ ਦੀ ਮੈਂ ਸੋਚਦਾ ਮੈਂ ਕੀ ਪਤਾ ਦੂਰ ਦੂਰ ਲੋਕਾਂ ਦੇ ਮਕਾਨ ਹੋਣ ਪਰ ਐਸਾ ਕੁਛ ਨਹੀਂ ਹੋਇਆ ਲੋਕਾਂ ਦੇ ਮਕਾਨ ਲਾਗਾਂ ਲਾਗੇ ਹਨ ਤੋ ਹਲੇ ਬਾਈ 11 ਕਿਲੋਮੀਟਰ ਦੂਰ ਹੈ ਇੱਥੋਂ ਅਗਲਾਰ ਅਤੇ ਵਰਖਾ ਪਈ ਰਸਤੇ ਵਿੱਚ ਨਿੱਕੀ ਨਿੱਕੀ ਅਸੀਂ ਚਲੋ ਉਮੀਦ ਕਰਦੇ ਹਾਂ ਕਿ ਜੁਰਦੀ ਨਹੀਂ ਪਵੇ ਨਿੱਕੀ ਨਿੱਕੀ ਬੁੰਦੀ ਦਾ ਕੋਈ ਗੱਲ ਨਹੀਂ ਹੈ ਸਾਡੇ ਗੁੜੇ ਦਾ ਵੀ ਇੱਕ ਗੱਡੀ ਆਵਾਦੀ ਮੈਟਰ ਪਿੱਛੇ ਰਾਕੀ ਮੈਟਰ ਆਵਾਦੀ ਹੈ ਦੇਖੋ ਯਾਰ ਰੋਡ ਸ਼ਾਬਾਸ਼ ਤਲਾਬ ਢਿੱਲੋ ਮੈਡੋ ਪੂਰੀ ਆਦਮੀ ਦੇਖ ਲਿਓ ਤਾਂ ਬੜੀ ਜ਼ਿਆਦਾ ਗੰਦ ਮਿਲੀ ਅਸੀਂ ਜੈ ਮਾਤਾ ਦੀ ਚੰਗਾ ਵੇ ਚੱਲਣਾ ਮੈਂ ਠੀਕ ਹੈ ਤੁਸੀਂ ਜੇ ਆਖਿਆ ਜੀ ਆਪਣੇ ਬਲੋਰ ਦਾ ਗੱਡੀ ਆਵਾਜ਼ ਇੱਕ ਦੋ ਪੁੱਜੀ ਗੱਡੀ ਮਾਰਾ ਪਿੱਛੇ ਪਿੱਛੇ ਦੇਖ ਲਿਓ ਇਹ ਦੇਖੋ ਰੱਖਿਆ ਜੀ ਮਾਰਾ ਰੁਕਿਆ ਚਲੋ ਆ ਕੇ ਚਲੋ ਆਇਆ ਤੇ ਬਾਈ ਇਹ ਆਪਣੇ ਇਲਾਕੇ ਤੋਂ ਸਾਰੇ ਬੰਦੇ ਆਈਏ ਗੂੜੇ ਦਾ ਕੁਹਾਂ ਦੇ ਸਾਰੇ ਲੱਕੜੀ ਦੇ ਹਾਂਜੀ ਡਿੰਗਾ ਹੋਰ ਲੱਕੜੀ ਗੂੜਾ ਹੋਰ ਭੱਡੂ ਜੈ ਮਾਤਾ ਦੀ ਠੀਕ ਹੋ ਸਾਰੇ ਕਿਸ ਵੇਲੇ ਲੈ ਆਏ ਤੁਸੀਂ ਉੱਥੋਂ ਬਲੋਰ ਦਾ 6 ਵਜੇ ਆਏ ਹੋ ਤੇ ਜੇ ਲਾਓ ਇੱਕ ਜਾ ਕਰਾ ਦਾ ਸਾਰੇ ਇੱਕ ਹੋਰ ਲਾ ਜੋਰ ਲਾਇਓ ਜੈ ਕਰੋ ਚੰਡੀ ਮਈਆ ਦਾ ਬਹੁਤ ਸੱਚੇ ਦਰਬਾਰ ਕੀ ਜੈ ਕਿਸ਼ਤਵਾੜ ਰੋਕੀ
जयकारा मचेल वाली दा ठीक हो कदू निकले भैया जी सवेरे निकले सवेरे निकले पुजी पटारना जय माता दी ठीक हो ठीक है आंटी जी। तो भाई बाजार पधारना आई अस इतों कोई 6 किलोमीटर सारा सफर और बची जागे तो ये बलोर के बंद निकले इतने पुजे पिछले पुल बने का बीजे आखते हैं मैगी शैगी पी लियो मैगी शैगी खाई लियो चाह पैर पी लियो आंटी जी जा माता दी ठीक हो बैठो गड्डी टाइम हो गया बड़ा शामी हाँ शामी है ना ठीक है ये आखा दी जय माता दी ठीक हो कौन घर कौन थोड़े गुड़े ने पुदिया गुड़े पुदिया तू थोड़े दो किलोमीटर के एरिए किन्ने बंदे मिले कि टाइम लग गया ज्यादा टाइम 7 बजे दोस्तों वेलकम टू गुलार एक वक्त देखो कि पहाड़ पूरा नंगा दोस्तों दूसरा वक्त देखो कि पहाड़ पहाड़ लगते बूटे एक बड़ा स्हेई करिश्मा भी दिखे जा रहा साड़ी जी अजी ए ब्लाग हा इत मुकदा अस घलार आई रहे रुकना घलार है रुकना कुछ अस घलार के जगह रुकना अस तुसें दिखना अगला ब्लाग बोल क्योंकि हल्ले मिकी पता नहीं है कि मैं कुछ रुकना लंगर का बारे कितना पता मैं बोलते कि लंगर लगता कि बोलते कि लंगर नहीं लगता बाकी जय माता दी तुम मिलते हैं कल तो बने रहो।